ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਐਤਵਾਰ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਉੱਥੇ ਹੀ ਇਸ ਕਰਫਿਊ ਨੂੰ ਲੈ ਕੇ ਤਰਨ ਤਾਰਨ ਦੇ ਕਸਬਿਆਂ ਵਿੱਚ ਇਸ ਕਰਫਿਊ ਦਾ ਅਸਰ ਵੇਖਣ ਨੂੰ ਮਿਲਿਆ, ਜਿਸ 'ਤੇ ਕਸਬਾ ਭਿੱਖੀਵੰਡ ਅਤੇ ਇਸ ਦੇ ਨਾਲ ਲੱਗਦੇ ਕਸਬੇ ਪੂਰੀ ਤਰ੍ਹਾਂ ਨਾਲ ਬੰਦ ਰਹੇ। ਜਿਸ ਦੌਰਾਨ ਪੰਜਾਬ ਪੁਲਿਸ ਵੱਲੋਂ ਵੀ ਜੋ ਲੋਕ ਆਪਣੇ ਪ੍ਰਾਈਵੇਟ ਵਾਹਨਾਂ 'ਤੇ ਬਾਹਰ ਨਿਕਲ ਰਹੇ ਸਨ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ। ਇਸ ਦੌਰਾਨ ਗੱਲਬਾਤ ਕਰਦੇ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਰਾਜਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਉਹਨਾਂ ਕਿਹਾ ਕਿ ਵਿਸ਼ਵ ਭਰ ਵਿੱਚ ਚੱਲ ਰਹੀ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਜਿੱਥੇ ਭਾਰਤ ਸਰਕਾਰ ਵੱਲੋਂ ਅੱਜ ਐਤਵਾਰ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਜਨਤਾ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। DSP ਰਾਜਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਇਸ ਕਰਫਿਊ ਨੂੰ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਹਾਂਜੀ ਸਰ, ਅੱਜ ਜਿਹੜੇ ਜਿਹੜਾ ਅੱਜ ਜਨਤਾ ਕਰਫਿਊ ਲਾਇਆ ਗਿਆ ਤਾਂ ਕਿਸ ਤਰੀਕੇ ਦੇ ਜਿਹੜਾ ਲੋਕਾਂ ਨੂੰ ਕੀਤਾ ਜਾ ਰਿਹਾ, ਅਵੇਅਰ ਕੀਤਾ ਜਾ ਰਿਹਾ? ਜੋ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਹਦਾਇਤਾਂ ਨੇ, ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਨੇ, ਉਹਦੇ ਮੁਤਾਬਕ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਆਪੋ ਆਪਣੇ ਘਰਾਂ ਦੇ ਵਿੱਚ ਰਹੋ, ਪ੍ਰਸ਼ਾਸਨ ਦਾ ਸਹਿਯੋਗ ਦਿਓ ਅਤੇ ਇਹ ਕਰੋਨਾ ਨੂੰ ਸਟੋਪ ਕਰਨ ਵਿੱਚ ਤੁਹਾਡਾ ਜਿਹੜਾ ਵਾ ਉਹ ਬਹੁਤ ਸਹਿਯੋਗ ਦੀ ਲੋੜ ਹੈ। ਭਿੱਖੀਵਿੰਡ ਸਾਰਾ ਸ਼ਹਿਰ ਤਕਰੀਬਨ ਹੀ ਅੱਜ ਬੰਦ ਹੈ, ਪਰ ਕਈ ਲੋਕ ਐਸੇ ਨੇ ਜਿਹੜੇ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ, ਉਹਨਾਂ ਨੂੰ ਕੀ ਸੰਦੇਸ਼ ਤੁਸੀਂ ਦੇਣਾ ਜੀ? ਉਹਨਾਂ ਨੂੰ ਆਉਣ ਜਾਣ ਵਾਲਿਆਂ ਨੂੰ ਡੱਕ ਕੇ ਅਤੇ ਰੋਕ ਕੇ ਅਤੇ ਅਵੇਅਰ ਕੀਤਾ ਜਾ ਰਿਹਾ ਜੀ ਵੀ ਆਪਣੇ ਘਰਾਂ 'ਚ ਬੈਠੋ, ਰਿਕੁਐਸਟ ਵੀ ਕੀਤੀ ਜਾ ਰਹੀ ਹੈ ਜੀ। ਜਿਹੜੇ ਲੋਕ ਜਿਹੜੇ ਨਹੀਂ ਰੋਕ ਰਹੇ ਉਹਨਾਂ 'ਤੇ ਕੋਈ ਚਲਾਨ ਵਗੈਰਾ ਵੀ ਜਾਵੇ? ਉਹਨਾਂ 'ਤੇ ਫਿਰ ਸਖਤੀ ਕਰ ਰਹੇ ਜੀ, ਚਲਾਨ ਕਰਾਂਗੇ ਜੀ। ਹਾਂਜੀ ਸਰ, ਅੱਜ ਜਿਹੜਾ ਕਰਫਿਊ ਲਾਇਆ ਗਿਆ, ਜਨਤਾ ਕਰਫਿਊ ਲੱਗਾ ਹੋਇਆ, ਤਾਂ ਕਿਸ ਤਰੀਕੇ ਦਾ ਸਹਿਯੋਗ ਜਿਹੜਾ ਲੋਕਾਂ ਵੱਲੋਂ ਤੁਹਾਨੂੰ ਮਿਲ ਰਿਹਾ ਜੀ? ਲੋਕਾਂ ਵੱਲੋਂ ਜਿਹੜਾ ਅੱਜ ਪੂਰਾ 100% ਸਹਿਯੋਗ ਮਿਲ ਰਿਹਾ ਹੈ, ਕਿਉਂਕਿ ਲੋਕਾਂ ਨੂੰ ਇਹ ਪਹਿਲਾਂ ਹੀ ਅਸੀਂ ਜਿਹੜਾ ਵਾ ਮਤਲਬ ਵਾਰ ਵਾਰ ਮਨਿਆਦੀ ਕਰਾ ਕੇ ਜਾਂ ਗੁਰਦੁਆਰਿਆਂ 'ਚ ਬੁਲਾ ਕੇ ਕਰੋਨਾ ਵਾਇਰਸ ਬਾਰੇ ਪਿੰਡ ਪਿੰਡ ਜਾ ਕੇ VPO ਨੇ ਵੀ ਸਾਰਾ ਸਮਝਾਇਆ ਹੈ ਕਿ ਇੱਕ ਮਹਾਂਮਾਰੀ ਆ, ਇਸ ਕਰਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਠੀਕ ਹੋ ਸਕਦੀ ਆ। ਇਹਦਾ ਸਿਰਫ ਪਰਹੇਜ਼ ਹੀ ਆ, ਜਿੰਨਾ ਆਪਾਂ ਪਰਹੇਜ਼ ਰੱਖਾਂਗੇ ਉਨਾ ਹੀ ਇਸ ਤੋਂ ਬਚ ਸਕਦੇ ਹਾਂ, ਅਤੇ ਇਸੇ ਪਰਹੇਜ਼ ਦੇ ਤਹਿਤ ਹੀ ਜਿਹੜੀ ਆ ਸਰਕਾਰ ਵੱਲੋਂ ਜਿਹੜਾ ਵਾ ਇਹ ਜਿਹੜਾ ਜਨਤਾ ਦਾ ਜਿਹੜਾ ਵਾ ਕਰਫਿਊ ਲਗਾਇਆ ਗਿਆ ਵਾ। ਅਤੇ ਤੁਸੀਂ ਵੇਖ ਹੀ ਰਹਿ ਜੇ ਕਿ ਸਾਰੇ ਬਾਜ਼ਾਰ ਦੁਕਾਨਾਂ ਘਰ ਸਭ ਬੰਦ ਨੇ, ਲੋਕ ਜਿਹੜੇ ਆ ਪੂਰਾ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਆ ਅਤੇ ਅਸੀਂ ਵੀ ਪੂਰਾ ਲੋਕਾਂ ਦੇ ਨਾਲ ਹਾਂ, ਇਹ ਸਾਰਿਆਂ ਦੇ ਫਾਇਦੇ ਵਾਸਤੇ ਹੀ ਹੈ। ਸਰ, ਵੇਖਣ ਜਾ ਰਿਹਾ ਕਿ ਕੋਈ ਇੱਕਾ ਦੁੱਕਾ ਲੋਕ ਜਿਹੜੇ ਮੋਟਰਸਾਈਕਲਾਂ ਦੇ ਜਾਂ ਗੜਪਣੀਆਂ ਗੱਡੀਆਂ ਵਗੈਰਾ 'ਤੇ ਆ ਰਹੇ ਨੇ, ਪਰ ਉਹ ਇਸ ਚੀਜ਼ ਤੋਂ ਜਾਗਰੂਕ ਨਹੀਂ ਹੋ ਰਹੇ, ਉਹਨਾਂ ਵਿਰੁੱਧ ਕੀ ਜਿਹੜੀ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਐਕਸ਼ਨ ਲਿਆ ਜਾ ਰਿਹਾ? ਇੱਕ ਵਾਰੀ ਤਾਂ ਚਲੋ ਅਸੀਂ ਵਾਰਨਿੰਗ ਦੇ ਰਹੇ ਹਾਂ ਵੀ ਜਿਹੜਾ ਕੋਈ ਆਉਂਦਾ ਵਾ ਇੱਕਾ ਦੁੱਕਾ, ਜੇ ਕਿਸੇ ਨੂੰ ਨਹੀਂ ਪਤਾ ਲੱਗਾ, ਵੈਸੇ ਤਾਂ ਅਸੀਂ ਹਰ ਪਿੰਡ ਪਿੰਡ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਹਰ ਇੱਕ ਬੰਦੇ ਨੂੰ, ਤੁਸੀਂ ਅਖਬਾਰਾਂ 'ਚ ਵੀ ਰੋਜ਼ ਦਿੰਦੇ ਹੋ, ਠੀਕ ਹੈ ਕਿ ਨਹੀਂ, ਕੋਈ ਨਹੀਂ ਇਹੋ ਜਿਹਾ ਬੰਦਾ ਹੋਣਾ ਜਿਹੜਾ ਕਰੋਨਾ ਵਾਇਰਸ ਦੇ ਬਾਰੇ ਜਿਹਨੂੰ ਅਵੇਅਰਨੈਸ ਨਾ ਹੋਵੇ, ਪਰ ਫਿਰ ਵੀ ਕਿਤੇ ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਜ਼ਰੂਰੀ ਕੰਮ ਹੈ, ਬਹੁਤ ਜ਼ਿਆਦਾ ਦਵਾਈ ਲੈਣ ਆ ਗਿਆ, ਕੋਈ ਪੇਸ਼ੈਂਟ ਹੋ ਗਿਆ, ਉਹਦੇ ਵਾਸਤੇ ਅਸੀਂ ਉਹਨੂੰ ਅਲਾਓ ਕਰ ਦਿੰਦੇ ਹਾਂ ਹਸਪਤਾਲ ਜਾਣ ਵਾਸਤੇ, ਜਿਹੜਾ ਉਸ ਤਰ੍ਹਾਂ ਵਾ ਉਸ ਨੂੰ ਅਸੀਂ ਵਾਰਨਿੰਗ ਦੇ ਕੇ ਜੇ ਘਰੇ ਭੇਜ ਰਹੇ ਹਾਂ, ਜੇ ਦੁਬਾਰਾ ਦੋ ਵਾਰੀ ਗਲਤੀ ਕਰੇਗਾ ਤਾਂ ਫਿਰ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਸਰ ਇੱਕ ਵੇਖਣ ਜਾਇਆ ਕਿ ਜਿਹੜੇ ਕਰਫਿਊ ਕਹਿਣ ਦੇ ਸੁਣ ਚ ਆ ਰਿਹਾ ਕਿ ਜਿਹੜਾ 31 ਤੀਕਰ ਇਹਨੂੰ ਲਾਗੂ ਕਰ ਦਿੱਤਾ ਗਿਆ ਜੀ, ਪੰਜਾਬ ਸਰਕਾਰ ਨੇ ਜਿਹੜੀਆਂ ਵਾ ਇਹ ਆਰਡਰ ਪਾਸ ਕਰ ਦਿੱਤਾ ਵਾ ਕਿ ਜਿਹੜਾ ਜਨਤਾ ਕਰਫਿਊ ਆ ਇਹ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਹਦੀ ਆਪਣਾ ਪਰਹੇਜ਼ ਵਾਸਤੇ ਜਿਹੜਾ 31 ਮਾਰਚ ਤੱਕ ਆ ਇਹ ਇਸੇ ਤਰ੍ਹਾਂ ਹੀ ਚੱਲੇਗਾ। ਦੁਕਾਨਾਂ ਸਭ ਬੰਦ ਰਹਿਣਗੀਆਂ ਜੀ ਸਭ ਕੁਛ? ਸਿਰਫ ਜਿਹੜਾ ਵਾ ਜਿਹੜੀਆਂ ਆਪਣਾ ਮੈਡੀਕਲ ਸਟੋਰ ਨੇ ਜਾਂ ਆਪਣਾ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਲੋਕਾਂ ਦੀਆਂ ਨੇ ਉਹਦੇ ਵਾਸਤੇ ਖੋਲ੍ਹਿਆ ਜਾਏਗਾ, ਬਾਕੀ ਸਭ ਬੰਦ ਰਹਿਣਗੇ। ਅਤੇ ਜਿਹੜਾ ਲੋਕਾਂ ਨੂੰ ਜਿਹੜਾ ਰਾਸ਼ਨ ਵਗੈਰਾ ਜਾਂ ਕਿਸ ਤਰ੍ਹਾਂ ਉਹਨਾਂ ਦਾ ਕੀ, ਉਹਨਾਂ ਨੂੰ ਖੁੱਲ੍ਹ ਹੋਏਗੀ ਜਾਂ ਕਿਸ ਤਰ੍ਹਾਂ? ਨਹੀਂ, ਕਿਸੇ ਨੂੰ ਵੀ ਕੋਈ ਖੁੱਲ੍ਹ ਨਹੀਂ ਹੈਗੀ, ਪਰ ਉਹਦੇ ਸੰਬੰਧ 'ਚ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਆਉਣਗੀਆਂ ਉਹਨਾਂ ਦੀ ਮਦਦ ਕੀਤੀ ਜਾਏਗੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।